ਹੈਲੋ ਮਾਈ ਡੀਅਰ ਸਟੂਡੈਂਟਸ देयर इज अ न्यूज फॉर यू पीपल ਕਿ ਕੋਵਿਡ-19 ਦੀ ਜਿਹੜੀ ਮਹਾਮਾਰੀ ਹੈ ਉਹਦੇ ਕਰਕੇ ਜਿਹੜਾ ਪੀਐਸਸੀਬੀ ਨੇ ਤੁਹਾਡਾ ਜਿਹੜਾ ਸਿਲੇਬਸ ਹੈ ਮਤਲਬ ਬੰਦ ਹੋਣ ਕਰਕੇ ਕੁਝ ਸਕੂਲ ਬੰਦ ਹੋਣ ਕਰਕੇ ਵੱਖ-ਵੱਖ ਸ਼੍ਰੇਣੀਆਂ ਦੀ ਪੜ੍ਹਾਈ ਦਾ ਜਿਹੜਾ ਨੁਕਸਾਨ ਹੋ ਰਿਹਾ ਹੈ ਇਸ ਕਰਕੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਿਹੜਾ ਐਕਾਡੈਮਿਕ ਈਅਰ 2020-2021 ਲਈ 9ਵੀਂ ਤੋਂ 12ਵੀਂ ਸ਼੍ਰੇਣੀਆਂ ਦੇ ਪੰਜਾਬੀ ਅਤੇ ਇਤਿਹਾਸ ਵਿਸ਼ੇ ਤੋਂ ਇਲਾਵਾ ਬਾਕੀ ਸਾਰੇ ਵਿਸ਼ਿਆਂ ਦੇ ਪਾਠਕ੍ਰਮ ਨੂੰ 30% ਘਟਾ ਦਿੱਤਾ ਹੈ ਜੀ ਸਿੱਖਣ ਪદ્ધਤੀ ਦੀ ਮਹੱਤਤਾ ਨੂੰ ਰੱਖਦੇ ਹੋਏ ਸਿਲੇਬਸ ਇਸ ਢੰਗ ਨਾਲ ਘਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਵਿਸ਼ੇ ਦੇ ਮੂਲ ਸੰਕਲਪ ਨੂੰ ਹਾਨੀ ਨਾ ਪਹੁੰਚੇ ਸੋ ਡੀਅਰ ਸਟੂਡੈਂਟਸ ਤੁਹਾਡੇ ਲਈ ਬਹੁਤ ਜਾਨਣਾ ਜ਼ਰੂਰੀ ਹੈ ਕਿ ਕਿਹੜੇ ਜਿਹੜੇ ਟਾਪਿਕਸ ਹੈ ਉਹ ਤੁਹਾਡੇ ਸਿਲੇਬਸ ਤੋਂ ਕੱਟੇ ਗਏ ਹੈ ਬੇਸਿਕਲੀ ਜਿਹੜਾ ਸਕੂਲ ਮੁਖਿਆ ਤੇ ਅਧਿਆਪਕਾ ਵੱਲੋਂ ਇਸ ਅਧਿਆਪਕਾਂ ਵੱਲੋਂ ਇਸ ਗੱਲ ਦਾ ਧਿਆਨ ਰੱਖਣਾ ਚਾਏ ਚਾਹੀਦਾ ਹੈ ਕਿ ਲੋੜ ਅਨੁਸਾਰ ਵਿਦਿਆਰਥੀਆਂ ਨੂੰ ਘਟਾਏ ਗਏ ਟੌਪਿਕਸ ਨੂੰ ਵੀ ਪੜਾਇਆ ਜਾਏ ਜੋ ਤੁਹਾਡੇ ਹੁਣ ਤੱਕ ਚੈਪਟਰਸ ਆ ਉਹਨਾਂ ਦੇ ਟੌਪਿਕ ਹੋ ਚੁੱਕੇ ਆ ਤਾਂ ਪਲੀਜ਼ ਉਹਨਾਂ ਨੂੰ ਵੀ ਤੁਸੀਂ ਪੜੋ ਕਿਉਂਕਿ ਕੱਲ ਨੂੰ ਉਹ ਟੌਪਿਕਸ ਜਿਹੜੀ ਆਂਤ੍ਰਿਕ ਮੁਲਾਂਕਣ ਤੇ ਸਲਾਨਾ ਬੋਰਡ ਪ੍ਰੀਖਿਆਵਾਂ ਦਾ ਹਿੱਸਾ ਤਾਂ ਨਹੀਂ ਹੋਣਗੇ ਬਟ ਇਨ ਫਿਊਚਰ ਜਿੱਥੇ ਵੀ ਤੁਸੀਂ ਜਾਣਾ ਹੈ ਜਿੱਥੇ ਵੀ ਤੁਸੀਂ ਸਟੈਂਡ ਕਰਨਾ ਹੈ ਉਹਨਾਂ ਦਾ ਹਿੱਸਾ ਹੋਣਗੇ ਸੋ ਪਲੀਜ਼ ਡੀਅਰ ਸਟੂਡੈਂਟਸ ਬੀ ਗੋ ਥਰੂ दैट ਟੌਪਿਕਸ दैट ਇਸ ਨਾਟ ਇਨ ਯੂਅਰ ਬੋਰਡ ਸਲੇਬਸ ਨਾਓ ਅਰ ਹੁਣ ਮੈਂ ਤੁਹਾਡੇ ਨਾਲ ਡਿਸਕਸ ਕਰਨ ਲੱਗੀ ਹਾਂ ਜੀ ਕੀ ਰਿਡਿਊਸ ਹੋਇਆ ਹੈ ਬੇਸਿਕਲੀ ਸਾਇੰਸ ਦੇ ਸਲੇਬਸ ਚ 9ਵੀਂ ਤੇ 10ਵੀਂ ਚ ਔਰ ਇਹ ਬਹੁਤ ਤੁਹਾਡੇ ਲਈ ਜਾਨਣਾ ਜ਼ਰੂਰੀ ਹੈ ਤੁਹਾਨੂੰ ਪਤਾ ਹੈ ਕਿ ਸਾਇੰਸ ਦੇ ਟੋਟਲ 16 ਚੈਪਟਰ ਹੈ ਸਭ ਤੋਂ ਪਹਿਲੇ ਤਾਂ ਆਪਾਂ ਦੇਖਦੇ ਹਾਂ ਕਿ ਪਹਿਲੇ ਚੈਪਟਰ ਨੂੰ ਐਜ਼ ਇਟ ਇਜ਼ ਪੜਨਾ ਪੈਣਾ ਕਿਉਂਕਿ ਇਹ ਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੈਕੰਡ ਚੈਪਟਰ ਨੂੰ ਵੀ ਤੁਹਾਨੂੰ ਐਜ਼ ਇਟ ਇਜ਼ ਪੜ੍ਹਨਾ ਪੈਣਾ ਹੈ ਇੱਥੇ ਵੀ ਕੋਈ ਬਦਲਾਅ ਨਹੀਂ ਕੀਤਾ ਗਿਆ ਤਾਤਾਂ ਤੇ ਆਤਾਤਾਂ ਝੋ ਤਾਤਾਂ ਦਾ ਨਿਸ਼ਕਰਸ਼ਣ ਖੋਰ ਅਤੇ ਖੋਰ ਤੋਂ ਸੁਰੱਖਿਆ ਅਧਿਆਇ ਵਿੱਚੋਂ ਕੱਟ ਦਿੱਤੇ ਗਏ ਨੇ ਟੌਪਿਕ ਤਾਤਾਂ ਦਾ ਨਿਸ਼ਕਰਸ਼ਣ ਅਧਿਆਇ ਵਿੱਚੋਂ ਕੱਢ ਦਿੱਤਾ ਗਿਆ ਮਤਲਬ ਹੁਣ ਤੁਸੀਂ ਭੌਤਿਕ ਰਸਾਇਣਿਕ ਕਿਰਿਆਵਾਂ ਤਾਤਾਂ ਤੇ ਆਤਾਤਾਂ ਦੀਆਂ ਪੜ੍ਹਣੀਆਂ ਤੇ ਨਿਸ਼ਕਰਸ਼ਣ ਤੇ ਖੋਰ ਨੂੰ ਨਹੀਂ ਪੜ੍ਹਨਾ ਕਾਰਬਨ ਅਤੇ ਉਸ ਦੇ ਯੋਗਿਕ ਚੋ ਸਭ ਤੋਂ ਵੱਡ ਵੱ ਜਿਹੜੇ ਟਾਪਿਕ ਹੈ ਕੱਟੇ ਗਏ ਨੇ ਸਭ ਤੋਂ ਪਹਿਲੇ ਤਾਂ ਨਾਮਕਰਨ ਕੱਟਿਆ ਗਿਆ ਹੈ ਸੰਤ੍ਰਿਪਤ ਅਤੇ ਅਸੰਤ੍ਰਿਪਤ ਹਾਈਡਰੋਕਾਰਬਨ ਵਿੱਚ ਅੰਤਰ ਘਟ ਦਿੱਤਾ ਗਿਆ ਹੈ ਕਾਰਬਨ ਯੋਗਿਕਾਂ ਦੇ ਰਸਾਇਣਿਕ ਗੁਣ ਘਟ ਦਿੱਤੇ ਗਏ ਨੇ ਇਥੈਨੋਲ ਇਥੈਨੋਇਕ ਤੇਜਾਬ ਸਾਬਨ ਅਤੇ ਮੈਲਨਿਵਾਰਾ ਕੇ ਸਾਰੇ ਟਾਪਿਕ ਜਿਹੜੇ ਹਨ ਇਹ ਕੱਟ ਦਿੱਤੇ ਗਏ ਨੇ ਬੇਸਿਕਲੀ ਬਟਾਏ ਕੱਟੇ ਵੀ ਤਾਂ ਗਏ ਕਿਉਂਕਿ ਇਹ ਪਲੱਸ 1 ਚ ਬਹੁਤ ਡਿਟੇਲ ਚ ਹੈ ਬਟ +1 ਜਨਨ ਨੂੰ ਪੜ੍ਹਨ ਲਈ ਜਿਹੜੇ ਬੱਚਿਆਂ ਨੇ ਨਾਨ ਮੈਡੀਕਲ ਰੱਖਣਾ ਹੈ ਉਹ ਇਹਨਾਂ ਤੋਂ ਗੋ ਥਰੂ ਜ਼ਰੂਰ ਹੋਣ ਠੀਕ ਹੈ ਜੀ ਪੰਜਵਾਂ ਛੇਵਾਂ ਚੈਪਟਰ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਪਰ ਜੇ ਮੈਂ ਗੱਲ ਕਰਾਂ 7ਵੇਂ ਚੈਪਟਰ ਦੀ ਕਾਬੂ ਅਤੇ ਤਾਲਮੇਲ ਜਿਹਨੂੰ ਆਪਾਂ ਕਹਿੰਦੇ ਕੰਟਰੋਲ ਅਤੇ ਕੋਆਰਡੀਨੇਸ਼ਨ ਉਹ ਪੂਰਾ ਅਧਿਆਇ ਕੱਟ ਦਿੱਤਾ ਗਿਆ ਹੈ ਯਾਨੀ 7ਵਾਂ ਅਧਿਆਇ ਪੂਰਾ ਹੀ ਕੱਟ ਦਿੱਤਾ ਗਿਆ ਹੈ 8ਵੇਂ ਅਧਿਆਇ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ 9ਵੇਂ ਅਧਿਆਇ 'ਚ ਵਿਕਾਸ ਟੌਪਿਕ ਨੂੰ ਕੱਟ ਦਿੱਤਾ ਗਿਆ ਹੈ 10ਵੇਂ ਅਧਿਆਇ ਪ੍ਰਕਾਸ਼ ਦੇ ਪਰਵਰਤਨ ਅਤੇ ਆਪਾਂ ਪਰਵਰਤਨ ਵਿੱਚ ਅਪਵਰਤਨ ਵਿੱਚ ਗੋਲਾਕਾਰ ਦਰਪਨ ਅਤੇ ਲੈਂਸ ਦਾ ਉਪਯੋਗ ਨੂੰ ਘਟ ਦਿੱਤਾ ਗਿਆ ਹੈ 11ਵੇਂ ਅਧਿਆਏ ਵਿੱਚ ਮਨੁੱਖੀ ਅੰਗ ਅਤੇ ਰੰਗ ਬਰੰਗਾ ਸੰਸਾਰ ਦ੍ਰਿਸ਼ਟੀ ਦੋਸ਼ ਅਤੇ ਦ੍ਰਿਸ਼ਟੀ ਦੋਸ਼ਾਂ ਦਾ ਸੁਧਾਰ ਜਿਹੜਾ ਹੈ ਉਹ ਕੱਟ ਦਿੱਤਾ ਗਿਆ ਯਾਨੀ ਕਿ ਜਿਹੜਾ ਨਿਕੜ ਦ੍ਰਿਸ਼ਟੀ ਦੋਸ਼ ਹੈ ਤੇ ਦੂਰ ਦ੍ਰਿਸ਼ਟੀ ਦੋਸ਼ ਹੈ ਦੋਨਾਂ ਨੂੰ ਕੱਟ ਦਿੱਤਾ ਗਿਆ ਬਿਜਲੀ ਅਧਿਆਏ ਚ ਕੋਈ ਬਦਲਾਵ ਨਹੀਂ ਕੀਤਾ ਗਿਆ ਜੇ ਮੈਂ ਗੱਲ ਕਰਾਂ ਬਿਜਲੀ ਧਾਰਾ ਤੇ ਚੁੰਬਕੀ ਪ੍ਰਭਾਵ ਤੇ ਬਿਜਲੀ ਜਨਰੇਟਰ ਨੂੰ ਕੱਟ ਦਿੱਤਾ ਗਿਆ ਸਿੱਧੀ ਧਾਰਾ ਪਰਤਵੀ ਧਾਰਾ ਪਰਤਵੀ ਧਾਰਾ ਦੀ ਅਵਰਤੀ ਘਰੇਲੂ ਬਿਜਲੀ ਸਰਕਟ ਇਹ ਟੌਪਿਕ ਨੂੰ ਕੱਟ ਦਿੱਤਾ ਗਿਆ ਹੈ ਪਰ ਬੇਟਾ ਜੀ ਇਹ ਟੌਪਿਕ ਤੁਸੀਂ ਥੋੜਾ ਜਿਹਾ ਮੇਰੇ ਅਕੋਰਡਿੰਗ ਥੋੜੇ ਜਿھے ਤੁਸੀਂ ਗੋ ਥਰੂ ਜ਼ਰੂਰ ਹੋਵੋ ਤਾਂ ਕਿ ਤੁਸੀਂ +1 ਜਿਹੜੇ ਬੱਚੇ ਨੇ ਨਾਨ ਮੈਡੀਕਲ ਰੱਖਣਾ ਖਾ ਨਾ ਹੋਵੇ 14ਵਾਂ ਚੈਪਟਰ ਜੀ ਊਰਜਾ ਦੇ ਸੋਮੇ ਨੂੰ ਪੂਰਾ ਹੀ ਕੱਟ ਦਿੱਤਾ ਗਿਆ ਹੈ ਠੀਕ ਹੈ ਜੀ ਪੂਰਾ ਇਸ ਅਧਿਆਏ ਨੂੰ ਕੱਟ ਦਿੱਤਾ ਗਿਆ ਹੈ ਸਾਡਾ ਵਾਤਾਵਰਨ ਐਸਐਚ ਰੱਖਿਆ ਗਿਆ ਹੈ ਤੇ 16ਵਾਂ ਕੁਦਰਤੀ ਸਾਧਨਾ ਦੇ ਪ੍ਰਬੰਧਾ ਨੂੰ ਵੀ ਐਸਐਚ ਪੂਰਾ ਅਧਿਆਏ ਨੂੰ ਕੱਟ ਦਿੱਤਾ ਗਿਆ ਹੈ ਹੁਣ ਦੇਖੋ ਬੇਟਾ ਜੀ ਤੁਹਾਡੇ ਕੁੱਲ 16 ਅਧਿਆਏ ਸੀ 10ਵੀਂ ਕਲਾਸ ਜਿੱਚੋ ਤਿੰਨ ਅਧਿਆਇਆਂ ਨੂੰ ਪੂਰਾ ਕੱਟ ਦਿੱਤਾ ਗਿਆ ਹੈ ਔਰ ਉਹ ਅਧਿਆਏ ਕਿਹੜੇ ਨੇ ਪਾਠ ਨੰਬਰ 7ਵਾਂ ਪਾਠ ਨੰਬਰ 14ਵਾਂ ਤੇ ਪਾਠ ਨੰਬਰ 16ਵਾਂ ਇਹ ਇਹ ਅਧਿਆਇ ਟੋਟਲੀ ਸਿਲੇਬਸ ਚੋਂ ਕੱਟ ਦਿੱਤੇ ਗਏ ਹਨ ਤੇ ਇੱਕ ਗੱਲ ਮੈਂ ਤੁਹਾਨੂੰ ਇੱਥੇ ਹੋਰ ਕਹਿਣਾ ਚਾਹਨੀ ਆ ਕਿਹੜੇ ਚੈਪਟਰਸ ਜਿਨ੍ਹਾਂ ਚ ਕੋਈ ਚੇਂਜ ਨਹੀਂ ਕੀਤਾ ਗਿਆ ਪਹਿਲੇ ਚੈਪਟਰ ਚ ਕੋਈ ਚੇਂਜ ਨਹੀਂ ਕੀਤਾ ਗਿਆ ਦੂਜੇ ਚੈਪਟਰ ਚ ਕੋਈ ਚੇਂਜ ਨਹੀਂ ਕੀਤਾ ਗਿਆ 25ਵੇਂ ਚੈਪਟਰ 'ਚ ਕੋਈ ਚੇਂਜ ਨਹੀਂ ਕੀਤਾ ਗਿਆ 6ਵੇਂ 'ਚ ਕੋਈ ਚੇਂਜ ਨਹੀਂ ਕੀਤਾ ਗਿਆ ਇਹ 8ਵੇਂ 'ਚ ਕੋਈ ਚੇਂਜ ਚੇਂਜ ਨਹੀਂ ਕੀਤਾ ਗਿਆ ਤੇ ਨਾਲ ਦੇ ਨਾਲ 15ਵੇਂ ਚੈਪਟਰ 'ਚ ਕੋਈ ਚੇਂਜ ਨਹੀਂ ਕੀਤਾ ਗਿਆ ਯਾਨੀ 16 'ਚੋਂ ਤਿੰਨ ਚੈਪਟਰ ਕੱਟ ਦਿੱਤੇ ਗਏ ਨੇ ਔਰ 6 ਚੈਪਟਰਾਂ 'ਚ ਕੋਈ ਬਦਲਾਅ ਨਹੀਂ ਹੈ ਠੀਕ ਹੈ ਜੀ ਯਾਨੀ ਟੋਟਲ 13 ਚੈਪਟਰਾਂ ਚੋਂ 6 ਚ ਕੋਈ ਬਦਲਾਅ ਨਹੀਂ ਹੈ ਔਰ ਬਾਕੀਆਂ ਦੇ ਜਿਹੜੇ ਸਭ ਤੋਂ ਵੱਧ ਟਾਪਿਕ ਕੱਟੇ ਗਏ ਨੇ ਉਹ ਕਾਰਬਨ ਅਤੇ ਉਸ ਦੇ ਯੋਗਿਕ ਚੋਂ ਕੱਟੇ ਗਏ ਨੇ ਜਿੱਦੀ ਕਾਫੀ ਹੁਣ ਤੱਕ ਮੈਨੂੰ ਲੱਗਦਾ ਤੁਹਾਡੀ ਰਿਵੀਜ਼ਨ ਵੀ ਹੋ ਚੁੱਕੀ ਹੈ ਠੀਕ ਹੈ ਜੀ ਸੋ ਇਹ ਫਾਈਨਲ ਬੋਰਡ ਦਾ ਪੇਪਰ ਦਾ ਸਿਲੇਬਸ ਸੀ ਹੁਣ 9ਵੀਂ ਜਮਾਤ ਦੀ ਗੱਲ ਕਰਦੇ ਹਾਂ ਜੀ 9ਵੀਂ ਜਮਾਤ ਦੇ ਵਿੱਚ ਕੀ ਕੱਟਿਆ ਗਿਆ ਹੈ ਵੀ ਕੀ ਇਹਦੇ ਜਿਹੜੇ ਹੈ ਨੌਵੀਂ ਜਮਾਤ ਦੇ ਸਿਲੇਬਸ ਨੂੰ ਸਾਇੰਸ ਨੂੰ ਮੈਂ ਡਿਸਕਸ ਕਰਨ ਜਾ ਰਹੀਆਂ ਜੀ ਸਾਡੇ ਆਲੇ ਦੁਆਲੇ ਦੇ ਪਦਾਰਥ ਯਾਨੀ ਪਾਰਟ ਪਹਿਲੇ ਵਿੱਚੋਂ ਕੁਝ ਨਹੀਂ ਕਟਿਆ ਗਿਆ ਪਾਰਟ ਦੂਜੇ 'ਚ ਕੀ ਸਾਡੇ ਆਲੇ ਦੁਆਲੇ ਦੇ ਪਦਾਰਥ ਸ਼ੁੱਧ ਹਨ ਟਾਪਿਕ 2.3 ਮਿਸ਼ਰਣ ਦੇ ਘਟਕਾਂ ਦਾ ਨਿਖੇੜਨ 2.31 ਤੋਂ 2.38 ਤੱਕ ਸਾਰੇ ਕੱਟ ਦਿੱਤੇ ਗਏ ਹਨ ਠੀਕ ਹੈ ਜੀ ਤੀਜਾ ਚੌਥਾ ਪੰਜਵਾਂ ਛੇਵਾਂ ਚੈਪਟਰਸ ਕੁਝ ਨਹੀਂ ਕਟਿਆ ਗਿਆ ਬਿਕੋਜ਼ ਇਹ ਚੈਪਟਰਸ ਇੰਪੋਰਟੈਂਟ ਹੈ ਕਿਉਂਕਿ ਇਹਨਾਂ ਇਹ ਬੇਸ ਹੈ 10ਵੀਂ ਦਾ ਠੀਕ ਹੈ ਜੀ ਸੱਤਵਾਂ ਜਿਹੜਾ ਚੈਪਟਰ ਹੈ ਸਜੀਵਾ ਸਜੀਵਾ ਵਿੱਚ ਵਿਭਿੰਨਤਾ ਉਹ ਚੈਪਟਰ ਜੀ ਸਾਰਾ ਕੱਟ ਦਿੱਤਾ ਗਿਆ ਹੈ ਯਾਨੀ 9ਵੀਂ ਕਲਾਸ ਜਿਹੜਾ ਤੁਹਾਡਾ ਸੱਤਵਾਂ ਚੈਪਟਰ ਹੈ ਉਹ ਪੂਰਾ ਕੱਟ ਦਿੱਤਾ ਗਿਆ ਹੈ 8ਵਾਂ 9ਵਾਂ 10ਵਾਂ 11ਵਾਂ ਚੈਪਟਰ ਚ ਕੋਈ ਬਦਲਾਅ ਨਹੀਂ ਕੀਤਾ ਗਿਆ 12ਵਾਂ ਤੋਂ ਨੀ ਚੈਪਟਰ ਸਾਰਾ ਅਧਿਆਇ ਕੱਟ ਦਿੱਤਾ ਗਿਆ ਹੈ ਅਸੀਂ ਬਿਮਾਰ ਕਿਉਂ ਹੁੰਨੇ ਆ ਚ ਕੋਈ ਬਦਲਾਅ ਨਹੀਂ ਕੀਤਾ ਗਿਆ ਕੁਦਰਤੀ ਸੰਸਾਧਨ ਅਤੇ 15 ਖਾਦ ਪਦਾਰਥਾਂ ਦੇ ਸੰਸਾਧਨ ਵਿੱਚ ਸੁਧਾਰ ਪੂਰਾ ਚੈਪਟਰ ਕੱਟ ਦਿੱਤਾ ਗਿਆ ਹੈ ਯਾਨੀ ਜੇ ਅਸੀਂ ਕਹੀਏ ਕਿ 9ਵੀਂ ਕਲਾਸ ਤੁਹਾਡੇ ਜੇ 15 ਚੈਪਟਰ ਸੀ ਤਾਂ ਵਿੱਚੋਂ ਕੀ ਕੀਤਾ ਗਿਆ ਹੈ ਜੀ 4 ਅਧਿਆਇਆਂ ਨੂੰ ਪੂਰੀ ਤਰ੍ਹਾਂ ਕੱਟ ਦਿੱਤਾ ਗਿਆ ਹੈ ਯਾਨੀ ਹੁਣ ਤੁਹਾਡੇ ਸਿਰਫ 15 ਚੋਂ ਕਿੰਨੇ ਚੈਪਟਰ ਰਹਿ ਗਏ ਨੇ ਉਹਨਾਂ ਤੁਹਾਡੇ 15 ਚੋਂ ਸਿਰਫ 11 ਚੈਪਟਰ ਰਹਿ ਗਏ ਨੇ ਜੀ ਠੀਕ ਹੈ ਜੀ ਚਾਰ ਅਧਿਆਏ ਪੂਰੀ ਤਰ੍ਹਾਂ ਕੱਟ ਦਿੱਤੇ ਗਏ ਨੇ ਔਰ ਉਸ ਦੇ ਵਿੱਚੋਂ ਦੂਜੇ ਅਧਿਆਏ ਦੇ ਜਿਹੜੇ ਟੌਪਿਕ ਕੱਟੇ ਗਏ ਨੇ ਉਹ ਹੈ 2.3 ਤੋਂ ਲੈ ਕੇ 1 ਤੋਂ ਲੈ ਕੇ 2.38 ਤੱਕ ਸੋ 9ਵੀਂ ਤੇ 10ਵੀਂ ਦੇ ਸਾਇੰਸ ਵਿਸ਼ੇ ਨੂੰ ਇਸ ਤਰ੍ਹਾਂ ਜੀ ਸਿਲੇਬਸ ਨੂੰ ਰਿਡਿਊਸ ਕੀਤਾ ਗਿਆ ਹੈ ਕੋਵਿਡ ਦੀ ਮਹਾਮਾਰੀ ਨੇ ਜਿਹੜਾ ਹੈ ਐਪਕੀ ਘਟਾਏ ਗਏ ਪਾਠਕ੍ਰਮ ਨੂੰ ਜਿਹੜਾ ਸੂਚਨਾ ਉਹਦੀ ਤੁਹਾਨੂੰ ਦਿੱਤੀ ਜਾ ਰਹੀ ਹੈ ਸਿਰਫ ਇੱਕ ਗੱਲ ਹੈ ਪੰਜਾਬੀ ਅਤੇ ਇਤਿਹਾਸ ਦੇ ਵਿਸ਼ੇ ਨੂੰ ਬਿਲਕੁਲ ਵੀ ਨਹੀਂ ਛੇੜਿਆ ਗਿਆ ਔਰ ਉਸ ਤੋਂ ਇਲਾਵਾ ਜਿਹੜੇ ਸਾਰੇ ਵਿਸ਼ੇ ਹੈ ਉਹ ਤੁਹਾਡੇ ਜੀ ਸਾਰੇ ਵਿਸ਼ਿਆਂ ਨੂੰ ਆਪਾਂ ਕੀ ਕੀਤਾ ਜੀ ਕੱਟ ਦਿੱਤਾ ਗਿਆ ਹੈ ਸੋ ਇਟ ਇਜ਼ ਵੈਰੀ ਇੰਪੋਰਟੈਂਟ ਫॉर ਯੂ ਪੀਪਲ ਕਿ ਤੁਸੀਂ ਆਪਣੇ ਨਵੇਂ ਸਿਲੇਬਸ ਤੋਂ ਜਾਨੂ ਹੋਵੋ ਅਤੇ ਉਹਨਾਂ ਨੂੰ ਕੀ ਕਰੋ ਜੀ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਸੋ ਡੀਅਰ ਸਟੂਡੈਂਟਸ テル ਦੈਨ ਗੁੱਡ ਬਾਏ ਟੇਕ ਕੇਅਰ